ਸਾਹਮਣੇ ਆਇਆ। ਪੰਜਾਬ ਦੇ ਵਿੱਚ ਗੁਰਦੁਆਰਾ ਮੈਨੇਜਮੈਂਟ ਦੇ ਜ਼ਰੀਏ ਸਿਆਸਤ ਹੁੰਦੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੈ। ਇੱਥੇ ਗੁਰਦੁਆਰਾ ਕਮੇਟੀ ਆਪਣੇ ਪੱਧਰ ਤੇ ਫੈਸਲੇ ਲੈਂਦੀ ਹੈ। ਵੱਖਰੀ ਕਮੇਟੀ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜਨੀ ਪਈ ਤੇ ਹਰਿਆਣਾ ਦੇ ਮੁੱਖ ਮੰਤਰੀ ਕੁਰੂਕਸ਼ੇਤਰ ਦੇ ਵਿੱਚ ਅੱਜ ਇੱਕ ਸਮਾਗਮ ਦੇ ਵਿੱਚ ਹਿੱਸਾ ਲੈ ਰਹੇ ਸੀ, ਸਿੱਖ ਪੰਥ ਦੇ ਨਾਲ ਜੁੜਿਆ ਸਮਾਗਮ, ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ। ਪੰਜਾਬ ਦੇ ਹਾਲਾਤ ਨੂੰ ਦੇਖਦਿਆਂ ਹਰਿਆਣਾ 'ਚ ਅਸੀਂ ਸਿੱਖਾਂ ਦੇ ਉਥਾਨ ਵਾਸਤੇ, ਸਿੱਖਾਂ ਦੇ ਕੰਮਾਂ ਦੀ ਜ਼ਿਆਦਾ ਸ਼ਲਾਘਾ ਵੀ ਕਰ ਸਕਦੇ ਹਾਂ, ਜਨਤਾ ਨੂੰ ਦਾ ਫਾਇਦਾ ਜ਼ਿਆਦਾ ਹੋਵੇ, ਅਸੀਂ ਸਾਰੇ ਗੁਰੂ ਘਰਾਂ ਦੇ ਰਾਹੀਂ ਜਨਤਾ ਦੀ ਸੇਵਾ ਕਰ ਸਕਦੇ ਹਾਂ, ਅੱਛੇ ਤਰੀਕੇ ਨਾਲ ਕਰ ਸਕਦੇ ਹਾਂ। ਮੈਨੇਜਮੈਂਟ ਅਗਰ ਸਾਡੀ ਅਲੱਗ ਹੋਏਗੀ ਤਾਂ ਇੱਥੋਂ ਦਾ ਜਿਹੜਾ ਮੰਨ ਜੋ ਵੀ ਸਾਧਨ ਇਕੱਠੇ ਹੁੰਦੇ ਇੱਥੇ ਗੁਲਕ ਰਾਹੀਂ, ਅਸੀਂ ਇੱਥੇ ਦੇ ਸਮਾਜ 'ਤੇ ਜਾਂ ਗੁਰੂ ਘਰਾਂ ਦੀ ਮੈਨੇਜਮੈਂਟ ਵਾਸਤੇ ਅੱਛੇ ਤਰੀਕੇ ਨਾਲ ਲਗਾ ਸਕਦੇ ਹਾਂ। ਉਹਦਾ ਇੰਨਾ ਹੀ ਮਤਲਬ ਹੈ, ਹੋਰ ਜ਼ਿਆਦਾ ਨਹੀਂ ਹੈ। ਉਹਦੇ ਪਿੱਛੇ ਕੋਈ ਰਾਜਨੀਤੀ ਨਹੀਂ ਹੈ ਔਰ ਨਾ ਹੀ ਅਸੀਂ ਕੋਈ ਰਾਜਨੀਤਿਕ ਦਖਲਅੰਦਾਜ਼ੀ ਉਸ ਮੈਨੇਜਮੈਂਟ ਕਮੇਟੀ 'ਚ ਰੱਖਣੀ ਹੈ। ਪੰਜਾਬ ਦੀ ਅਲੱਗ ਗੱਲ ਹੈ, ਉਹ ਸਾਰੀ ਰਾਜਨੀਤੀ ਆਪਣੀ ਉਸ ਮੈਨੇਜਮੈਂਟ ਰਾਹੀਂ ਕਰਦੇ ਰਹਿੰਦੇ ਆ, ਸਾਡਾ ਕੋਈ ਮਤਲਬ ਨਹੀਂ ਉਹਦੇ ਨਾਲ। ਉਹਦੀ ਮੈਂਬਰਸ਼ਿਪ ਨਵੀਂ ਬਣ ਰਹੀ ਹੈ, ਅਲੱਗ ਇਲੈਕਸ਼ਨ ਕਮਿਸ਼ਨਰ ਬਣ ਚੁੱਕੇ ਆ, ਉਹ ਕਿਸ ਵੇਲੇ ਉਹਦਾ ਇਲੈਕਸ਼ਨ ਦਾ ਸਾਰਾ ਟਾਈਮ ਟੇਬਲ ਸ਼ਡਿਊਲ ਜਾਰੀ ਕਰਦੇ ਆ, ਉਹਨਾਂ 'ਤੇ ਡਿਪੈਂਡ ਹੈ। ਅਸੀਂ ਤਾਂ ਕਹਿੰਦੇ ਹਾਂ ਜਲਦੀ ਤੋਂ ਜਲਦੀ ਹੋ ਜਾਵੇ ਤਾਂ ਕਿ ਇੱਕ ਚੁਣੀ ਹੋਈ ਬਾਡੀ ਜਿਹੜੀ ਹੈ ਉਹ ਸਾਰੇ ਗੁਰੂ ਘਰਾਂ ਦੀ ਜਿਹੜੀ ਸੰਭਾਲ ਹੈ ਉਹ ਕਰ ਸਕੇ। ਇੱਕ ਬਲਕਿ ਦੋ ਇਹੋ ਜਿਹੀਆਂ ਜਗ੍ਹਾ ਅਸੀਂ ਜ਼ਰੂਰ ਸਾਡੇ ਵਿਚਾਰਾਧੀਨ ਨੇ ਜਿਹੜੇ ਅਸੀਂ ਸਰਕਾਰ ਦੀ ਤਰਫੋਂ ਜਿੰਨੀ ਮਦਦ ਕਰਨੀ ਕਰ ਸਕਾਂਗੇ। ਇੱਕ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਰਾਜਧਾਨੀ ਲੋਹਗੜ੍ਹ, ਉੱਥੇ ਇੱਕ ਸਮਾਰਕ ਬਣਾਉਣ ਦੀ ਯੋਜਨਾ ਇਹ ਬਣ ਗਈ ਹੈ। ਉੱਥੇ 20 ਕਿੱਲੇ ਜ਼ਮੀਨ ਵੀ ਲੈ ਕੇ ਉਸ ਟਰੱਸਟ ਨੂੰ ਦਿੱਤੀ ਗਈ ਹੈ ਅਤੇ ਉੱਥੇ ਇੱਕ ਵੱਡਾ ਸਮਾਰਕ ਬਣਾਉਣ ਦੀ ਯੋਜਨਾ ਬਣੀ ਹੈ, ਉਹ ਸਾਡੇ ਡਿਪਾਰਟਮੈਂਟ ਦੇ ਲੋਕ ਕਰ ਰਹੇ ਆ। ਬਹੁਤ ਜਲਦੀ ਉੱਥੇ ਇੱਕ ਇਹੋ ਜਿਹਾ ਇੱਕ ਸੈਂਟਰ ਬਣੇ ਤਾਂ ਕਿ ਦੇਸ਼ ਔਰ ਦੁਨੀਆ ਦੇ ਲੋਕ ਉੱਥੇ ਆ ਕੇ ਇਸ ਇਤਿਹਾਸ ਨੂੰ ਜਾਣ ਸਕਣ। ਔਰ ਇੱਕ ਦੂਸਰਾ, ਗੁਰੂ ਮਹਾਰਾਜ ਜਿੰਨੇ ਹੋਏ ਉਹਨਾਂ ਦੇ ਸਭ ਦੇ ਕੁਛ ਨਾ ਕੁਛ ਨਿਸ਼ਾਨੀਆਂ ਉਹ ਸਾਡੇ ਕੋਲ ਹਰਿਆਣਾ 'ਚ ਉਪਲਬਧ ਹੈਗੀਆਂ ਅਤੇ ਉਹਨਾਂ ਸਭ ਨੂੰ ਕਿਸੇ ਇੱਕ ਮਿਊਜ਼ੀਅਮ ਦੇ ਵਿੱਚ ਰੱਖ ਕੇ ਲੋਕਾਂ ਦੇ ਦਰਸ਼ਨ ਵਾਸਤੇ ਉੱਥੇ ਰੱਖੀ ਜਾਵੇ, ਉਹ ਸਾਰੀਆਂ ਚੀਜ਼ਾਂ ਰੱਖੀਆਂ ਜਾਣ। ਇੱਕ ਮਿਊਜ਼ੀਅਮ ਦੀ ਅਸੀਂ ਘੋਸ਼ਣਾ ਕੀਤੀ ਸੀ, ਪਹਿਲਾਂ ਉਹ ਅੰਬਾਲਾ ਵਾਸਤੇ ਹੋਈ ਸੀ, ਬਾਅਦ 'ਚ ਫਿਰ ਕਿੰਨੀ ਕੁਛ ਕਾਰਨਾਂ ਨੂੰ ਲੈ ਕੇ ਉਹਨੂੰ ਅਸੀਂ ਕਿਹਾ ਕਿ ਵੀ ਕੁਰਕਸ਼ੇਤਰ ਇਹੋ ਜਿਹਾ ਸਥਾਨ ਹੈ ਜਿੱਥੇ ਸਭ ਤੋਂ ਜ਼ਿਆਦਾ ਗੁਰੂਆਂ ਦੇ ਆਗਮਨ ਦਾ ਇੱਕ ਸਥਾਨ ਹੈ, ਕੁਰਕਸ਼ੇਤਰ ਕੀਤਾ ਜਾਵੇ। ਸਥਾਨ ਨੂੰ ਲੈ ਕੇ ਥੋੜ੍ਹਾ ਝਗੜਾ ਸੀਗਾ, ਲੇਕਿਨ ਹੁਣ ਅਲਟੀਮੇਟਲੀ ਪੀਪਲੀ ਦੇ ਕੋਲੋਂ ਇੱਕ HSVP ਦੀ ਜਗ੍ਹਾ, ਉਹ ਜਗ੍ਹਾ ਅਸੀਂ ਅਲੋਟ ਕਰਕੇ ਦਿੱਤੀ ਹੈ। ਉੱਥੇ ਇੱਕ ਮਿਊਜ਼ੀਅਮ, ਤਾਂ ਕਿ ਹਾਈਵੇ ਦੇ ਉੱਤੇ ਅਗਰ ਜਗ੍ਹਾ ਰਹੇਗੀ ਤਾਂ ਲੋਕਾਂ ਦਾ ਇੱਕ ਟੂਰਿਜ਼ਮ ਦਾ ਜਿਹੜਾ ਸੈਂਟਰ ਹੈ ਉੱਥੇ ਬਣ ਜਾਏਗਾ। ਉੱਥੇ ਇੱਕ ਮਿਊਜ਼ੀਅਮ ਇਹ ਬਣਾਵਾਂਗੇ, ਉਹਦੀ ਵੀ ਜਾਣਕਾਰੀ ਮੈਂ ਅੱਜ ਤੁਹਾਨੂੰ